girls, ਜਿੱਤੀ ਹੈ ਤਾਂ ਪਾਦੇਗੇ। ਅੱਗੇ ਵੀਡੀਓ 18 ਪਲੱਸ ਹੀ ਦੇਖਣ, ਫਿਰ ਬਾਅਦ ਚ ਗਿਆਨ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਥੋੜਾ ਜਿਹਾ ਦੂਜਾ ਕਲਚਰ ਹੈ। ਵੈਲਕਮ ਬੈਕ ਟੂ ਅਨਦਰ ਵਲੌਗ ਗਾਇਜ਼। ਅਤੇ ਮੀਂਹ ਬਹੁਤ ਪੈ ਰਿਹਾ 3-4 ਦਿਨਾਂ ਦਾ, ਕੱਲ੍ਹ ਵੀ ਅਸੀਂ ਮੀਂਹ 'ਚ ਘੁੰਮਣ ਗਏ ਸੀ। ਅਤੇ ਅੱਜ ਮੈਂ ਆਪਣੀ ਬੇਬੇ ਵਾਸਤੇ ਫੂਡ ਬਣਾਊਂਗਾ, ਰਸ਼ੀਅਨ ਬੇਬੇ ਵਾਸਤੇ। ਇਹਨਾਂ ਨੂੰ ਚਾਹ ਬਹੁਤ ਪਸੰਦ ਆਈ ਹੋਣੀ ਆਪਣੇ ਵਾਲੀ ਲੌਂਗ ਲੂੰਗ ਇਲਾਚੀਆਂ ਪਾ ਕੇ। ਅਤੇ ਹੁਣ ਮੈਂ ਮੈਗੀ ਬਣਾਊਂਗਾ ਇਹਨਾਂ ਵਾਸਤੇ, ਫਿਰ ਇਹਨਾਂ ਨੂੰ ਪੁੱਛੂੰਗਾ ਵੀ ਕਿਵੇਂ ਦਾ ਟੇਸਟ ਹੈ। ਅਤੇ ਰਾਤ ਨੂੰ ਅੱਜ ਆਪਾਂ ਪਹਿਲਾਂ ਸ਼ਾਇਦ ਉਹਦੇ ਕੋਲ ਜਾਵਾਂ, ਮੈਂ ਆਪਣੇ ਭਰਾ ਭੋਲੇ ਜੱਟ ਕੋਲ, ਫਿਰ ਨਾਈਟ ਲਾਈਫ ਦਿਖਾਊਂਗਾ ਤੁਹਾਨੂੰ ਥੋੜ੍ਹੀ ਜਿਹੀ, ਮਤਲਬ ਕਾ ਕਲੱਬ ਕਲੁੱਬ 'ਚ ਟਰਾਈ ਕਰੂੰਗਾ। ਆਈ ਵੇਖ ਫੂਡ, ਇਹਨੂੰ ਦੱਸਦਾ ਵੀ ਮੈਂ ਤੇਰੇ ਵਾਸਤੇ ਫੂਡ ਬਣਾਉਂਦਾ। Chicken. You. I don't know. I make it. Okay. Okay. This pie. ਓਕੇ, ਇਹ ਆਪਣੀ ਬੇਬੇ ਬਣਾ ਰਹੀ ਹੈ ਚਿਕਨ, ਸੋ ਮੈਂ ਹੈਲਪ ਕਰ ਰਿਹਾ ਇਹਨਾਂ ਦੀ। ਜਦੋਂ ਤੁਸੀਂ ਕਿਸੇ ਹੋਸਟ ਦੇ ਘਰ ਆਉਂਗੇ, ਮੈਂ ਜਿਨ੍ਹਾਂ ਦੇ ਘਰ ਰਹੋਗੇ ਕਾਉ ਸਰਫਿੰਗ ਥਰੂ, ਤਾਂ ਤੁਸੀਂ ਇਹਨੇ ਹੈਲਪ ਕਰਾਉਣੀ ਹੈ। ਜੋ ਕਹਿਣਗੇ ਨਹੀਂ, ਹੈ ਨਾ, ਤੁਸੀਂ ਇਹਦੇ ਮੱਲੋ ਧੱਕੀ ਕਰਾਉਣੀ ਹੈ ਯਾਰ, ਕਿਉਂਕਿ ਇੱਕ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਨਾ, ਜਦੋਂ ਕੋਈ ਨੈਕਸਟ ਹੋਸਟ ਆਊਗਾ, ਜਿਵੇਂ ਹੁਣ ਮੈਂ ਰਹਿ ਕੇ ਜਾਊਂਗਾ, ਤਾਂ ਕਹਿਣਗੇ ਪੰਜਾਬੋ ਬੰਦਾ ਸੀ, ਘੈਂਟ ਸੀ, ਉਹਨਾਂ ਇੰਨਾ ਹੈਲਪਫੁੱਲ ਸੀ, ਸਾਨੂੰ ਬਣਾ ਕੇ ਖਵਾਇਆ, ਉਹਨਾਂ ਦੱਸਿਆ, ਤਾਂ ਭੱਜ ਕੇ ਰੱਖਣਗੇ। ਸੋ ਆਈ ਕੱਟ। ਅਤੇ ਕੱਟ ਦਾ ਆਪਾਂ ਨੇ ਪਹਿਲਾਂ ਇਹ ਆਪਣੇ ਵਾਂਗੂ ਫਰਾਈ ਕਰ ਰਹੇ ਨੇ। ਪਿਆਜ਼ ਅਤੇ ਬੰਦ ਗੋਭੀ ਵੀ ਕੱਟੀ ਹੈ ਨਾ, ਪਿਆਜ਼ ਤਾਂ ਚਲੋ ਆਪਾਂ ਸਾਰੇ ਪਾਉਂਦੇ ਹਾਂ। ਓਪਨ ਆਹ ਹਲਦੀ ਹੈ ਦੇਖੋ। ਇਹ ਵੈਜੀਟੇਬਲ ਹੈ, ਰਸ਼ੀਅਨ ਚ ਕਹਿੰਦੇ ਨੇ ਇਹਨੂੰ ਕਾਪੂਸਤਾ। ਕਾਪੂਸਤਾ ਤੇ ਆਪਣੇ ਅੰਕਲ ਜੀ ਵੀ ਆ ਗਏ। ਆਟੇ ਵਰਗ ਲਈ ਜਿਵੇਂ ਆਪਣੇ ਆਟਾ ਹੁੰਦਾ। ਇਨ ਮਾਈ ਮਦਰ ਟੰਗ ਸੇਜ਼ ਲਾਈਕ ਆਟਾ। ਤੇ ਹੁਣ ਇਹਨਾਂ ਨੇ ਜਿਹੜਾ ਆਟਾ ਜਿਹਾ ਗੁੰਨਿਆ ਉਹਦੇ ਉੱਪਰ ਉਹ ਕਰ ਰਹੇ ਨੇ, ਦੇਖੋ। ਹੁਣ ਕਵਰ ਕਰਤਾ ਇਹਨੂੰ ਬਸ, ਇਹ ਤੋਂ ਬਾਅਦ ਲੱਗਦਾ ਸ਼ਾਇਦ ਇਹਨੂੰ ਦੁਬਾਰੇ ਫਰਾਈ ਕਰਨਗੇ, ਪਤਾ ਨਹੀਂ ਨਾ। ਉਹ ਜਿਹੜਾ ਵੀ ਹੈ ਉਹ ਬਣਾਇਆ ਸੀ ਉਹਦੇ ਵਿੱਚ ਦੇ ਤਾ ਮਾਈਕ੍ਰੋਵੇਵ ਜਾਏ, ਸਟੋਵ, ਸੋਰੀ ਸਟੋਵ ਹੈ, ਸਟੋਵ ਹੈ ਇਹ, ਹੌਲੀ ਹੌਲੀ ਪੱਕੂਗਾ। ਲੁੱਕ ਇਟ, ਦੇਖੋ ਇਹ ਸਟੋਵ ਤੇ ਦਿਸ ਵਨ ਇਜ਼ ਓਕਰੋਸ਼ਕਾ। ਇਹ ਓਕਰੋਸ਼ਕਾ ਹੈ, ਇਹ ਰਸ਼ੀਅਨ ਡਿਸ਼ ਹੈ। ਜਿਹੜੀ ਆਹ ਡਿਸ਼ ਹੈ ਨਾ, ਇਹ ਕਕੁੰਬਰ, ਯਾਨੀ ਕਿ ਕਕੁੰਬਰ, ਖੀਰਾ, ਪਿਆਜ਼, ਟਮਾਟਰ, ਐੱਗ ਅਤੇ ਇੱਕ ਉਹ ਪਾ ਕੇ ਬਣਾਈ ਜਾਂਦੀ ਹੈ ਸਾਰੀ। ਅਤੇ ਇਹ ਵੀ ਬੜੀ ਘੈਂਟ ਡਿਸ਼ ਹੈ, ਮੈਂ ਖਾਧੀ ਨਹੀਂ, ਅੱਜ ਟਰਾਈ ਕਰੂੰਗਾ, ਮੈਂ ਇਹਨਾਂ ਨੇ ਕੱਲ੍ਹ ਬਣਾਈ ਸੀ। ਦਿਸ ਵਨ ਇਜ਼ ਕਵਸ 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 ਓਕੇ ਕਵਸ ਕਵਸ ਨਾ ਪੀਤਕ ਡਰਿੰਕ ਕਵਸ ਡਰਿੰਕ ਇਹ ਕਵਸ ਹੈ, ਇਹ ਪੀਣ ਵਾਲੀ ਚੀਜ਼, ਇਹਦੇ ਨਾਲ ਖਾਈ ਜਾਂਦੀ ਹੈ ਇਹਦੇ ਨਾਲ। ਦੇਖ ਆਪਾਂ ਨੇ ਵੀ ਮੈਗੀ ਬਣਾ ਦਿੱਤੀ ਆਪਣੀ ਈਰਾ ਮੋਮ ਵਾਸਤੇ, ਕਿਉਂਕਿ ਕੱਲ੍ਹ ਨੂੰ ਤਾਂ ਮੈਂ ਜਾਣਾ ਯਾਰ, ਲਾਸਟ ਡੇ ਹੈ ਹੁਣ, ਹੈ ਨਾ, ਤਾਂ ਮੈਂ ਬਣਾਏ ਦਿੰਦੇ ਹਾਂ। ਆਹ ਦੇਖੋ ਆਹ ਬਣਾਈ ਆਪਾਂ ਨੇ, ਜਿਹੜੀ ਇਹ ਮੈਗੀ ਇਹਦਾ ਟੇਸਟ ਥੋੜ੍ਹਾ ਜਿਹਾ ਸੀ ਫੂਡ ਵਰਗ ਹੈ। ਸੋ ਆਪਾਂ ਇਹ ਇਹਨਾਂ ਦੀ ਡਿਸ਼ ਟਰਾਈ ਕਰਾਂਗੇ, ਜਿਹੜੀ ਕਕੁੰਬਰ ਵਾਲੀ ਹੈ, ਅਤੇ ਵਿੱਚ ਦਾਰੂ ਦੀ ਪਾ ਕੇ ਇਹਨਾਂ ਨੇ ਜੰਗਾੜ ਜਿਹਾ ਪਾਇਆ ਮੈਨੂੰ। ਟਰਾਈ ਘੈਂਟ ਹੈ ਯਾਰ ਟੇਸਟ, ਜਿਵੇਂ ਵੈਜੀਟੇਰੀਅਨ ਡਿਸ਼ ਹੈ। ਉਂਗਲਾ ਚੱਟਣ ਲਾ ਦੇ ਨਾ, ਘੈਂਟ ਹੈ, ਵੈਰੀ ਵੈਲ, ਸੀਰੀਅਸਲੀ। ਬੇਬੇ ਨੂੰ
ਪੁੱਛਿਆ ਵੀ ਤੁਸੀਂ ਵੀ ਕਾਹਦਾ ਮੀਟ ਖਾਂਦੇ ਹੋ ਜ਼ਿਆਦਾਤਰ, ਤਾਂ ਮੈਂ ਇਹਨੂੰ ਦੱਸਦਾ ਵੀ ਅਸੀਂ ਜਿਹੜਾ ਮੀਟ ਜ਼ਿਆਦਾਤਰ ਖਾਂਦੇ ਹਾਂ ਮੁਰਗੇ ਜਾਂ ਬੱਕਰੇ ਦਾ, ਹੈ ਨਾ, ਆਪਣੇ ਪੰਜਾਬ 'ਚ ਇਹ ਚੱਲਦਾ ਨਾ। Okay. Somewhere fish. As occasionally fish, not much like, but it's all. ਆ ਮੀਟ ਪਏ ਹੈ। ਇੱਕ ਗੱਲ ਮੈਂ ਹੋਰ ਨੋਟ ਕਰੀ, ਔਰ ਜਿਹੜੇ ਆਪਣੇ ਆਲੂ ਨੇ, ਆਲੂਆਂ ਨੂੰ ਬਾਲ ਕੇ ਇਹ ਬਹੁਤ ਖਾਂਦੇ ਨੇ, ਇਹਨਾਂ ਦੀ ਲਗਭਗ ਡੇਲੀ ਡਿਨਰ 'ਚ ਆਲੂ ਪੱਕਾ ਹੁੰਦੇ ਨੇ। ਥੈਂਕ ਯੂ, ਯੂ ਫਿਨਿਸ਼ ਇਟ, ਫਿਨਿਸ਼ ਇਟ, ਓਹ ਵਾਓ, ਥੈਂਕ ਯੂ। ਮੁਰਗੇ ਵਾਲਾ ਹੈ ਤੇ ਮੈਂ ਹੋਈ ਨਾ ਕਿਤੇ ਮੈਨੂੰ ਹੋਰ ਹੀ ਕੁਛ ਖਵਾ ਦੇਣਾ, ਮੈਨੂੰ ਇਹ ਹੋਰ ਹੀ ਟਾਈਪ ਜਿਹੇ ਦਾ ਥੋੜ੍ਹਾ ਜਿਹਾ ਬਣਾਉਣ ਦਾ ਇਹਨਾਂ ਦਾ ਤਰੀਕਾ। ਸੋ ਵਟ ਇਜ਼ ਚਿਕਨ ਹੈ, ਦੇਖੋ, ਦੇਖ ਸਕਦੇ ਹੋ ਤੁਸੀਂ, ਇਟਸ ਡਿਲੀਸ਼ੀਅਸ। ਫਟ ਇਜ਼ ਚਿਕਨ ਪਟਾਟੋ ਨਾਲ ਖਾਂਦੇ, ਤੁਹਾਨੂੰ ਦੱਸਿਆ ਨਾ ਵੀ ਆਲੂ ਬਹੁਤ ਖਾਂਦੇ ਨੇ। ਤੇ ਬਾਬੇ ਬਾਬਾ ਦੇਖੋ ਉਹ ਡਿਸ਼ ਜੀ ਬਣ ਗਈ ਹੈ ਨਾ, ਜਿਹੜੀ ਬੰਦ ਗੋਭੀ ਵਾਲੀ ਸੀ, ਇਹ ਬੜੀ ਸਵਾਦ ਹੈ ਯਾਰ। ਇਹਨਾਂ ਨੇ ਕੀ ਕਰਿਆ, ਬੰਦ ਗੋਭੀ ਦੀ ਸਬਜ਼ੀ ਜੀ ਬਣਾ ਕੇ ਵਿੱਚੋਂ ਰੋਟੀ ਜੀ ਵਰਗਾ ਸ਼ਾਇਦ ਮੈਦਾ ਹੋਣਾ ਉਹਦੇ ਵਿੱਚ ਪਾ ਕੇ ਫਿਰ ਇਹਨਾਂ ਨੇ ਸਟੋਵ 'ਤੇ ਇਹਨੂੰ ਪਕਾਇਆ ਥੋੜ੍ਹੀ ਥੋੜ੍ਹੀ ਅੱਗ 'ਚ। ਟੇਸਟ ਹੈ ਇਹਦਾ ਐਂਡ ਹੀ ਆ ਜਾਵਾਂ, ਲਾਈਕ ਮੈਂ ਤਾਂ ਦੋ ਖਾ ਗਿਆ। ਵਾਓ, ਵੰਡਰਫੁਲ, ਹੋ ਡਿਲੀਸ਼ੀਅਸ। ਮੈਂ ਰੋਟੀ ਅਤੇ ਬੰਦ ਗੋਭੀ ਦੀ ਸਬਜ਼ੀ ਖਾ ਰਿਹਾ ਇਕੱਠੀ ਕਰਕੇ, ਐਂ ਲੱਗਦਾ ਆਹ ਸਵਾਦ ਆ ਗਿਆ ਖਾ ਕੇ। ਲੈ ਹੁਣ ਆਪਾਂ ਜਾ ਰਹੇ ਹਾਂ ਆਪਣੇ ਭੋਲੇ ਜੱਟ ਕੋਲ, ਅਤੇ ਉਹ ਫਿਰ ਅੱਜ ਲੇਟ ਹੋ ਗਿਆ ਯਾਰ, ਨਹੀਂ ਕੰਮ 'ਤੇ ਜਾਂਦਾ, ਅਤੇ ਫਿਰ ਉਹ ਘੁਮਾਊਗਾ ਆਪਾਂ ਨੂੰ ਇੱਥੋਂ ਦੇ ਕਲੱਬ 'ਚ, ਕਹਿੰਦਾ ਸੀ ਕੱਲ੍ਹ ਘੁਮਾਊਂਗਾ। ਅੱਜ ਦਾ ਮੇਰਾ ਲਾਸਟ ਡੇ ਹੈ, ਕਿਉਂਕਿ ਕੱਲ੍ਹ ਨੂੰ ਮੈਂ ਜਾਊਂਗਾ ਸੈਂਟ ਪੀਟਰਸਬਰਗ ਨੂੰ, 500-600 ਕਿਲੋਮੀਟਰ ਇੱਥੋਂ, ਤਾਂ ਇਹ ਚੈਕਿੰਗ ਕਰੂੰਗਾ ਮੈਂ ਕੱਲ੍ਹ ਨੂੰ, ਅਤੇ ਸਵੇਰੇ ਹੀ ਨਿਕਲੂੰਗਾ। ਬਾਕੀ ਆਲ ਗੁੱਡ ਹੈ ਯਾਰ, ਅਤੇ ਚਲੋ ਚੱਲਦੇ ਹਾਂ ਆਪਾਂ ਭੋਲੇ ਜੱਟ ਕੋਲ, ਮਿਲਦੇ ਹਾਂ ਤੁਹਾਨੂੰ ਸਿੱਧਾ। ਹੁਣ ਆਪਾਂ ਬੱਸ ਵਿੱਚ ਬਹਿ ਗਏ, ਅਤੇ ਉਰੇ ਬੱਸ 'ਚ ਚੱਲਦਾ ਕਾਰਡ, ਤੁਹਾਨੂੰ ਪਹਿਲਾਂ ਹੀ ਪਤਾ ਮੈਟਰੋ 'ਚ ਵੀ ਤਰਵੀਕਾ ਕਾਰਡ ਹੈ। ਪਹਿਲਾਂ ਮਾਸਕ 'ਚ ਮੈਂ ਚੜ੍ਹਦੇ ਹੋਣੇ ਵੀ ਇਹ ਕਾਰਡ ਲਾਈ ਗਿਆ ਸਕੈਨਰ 'ਤੇ, ਉਤਰਦੇ ਹੋਣੇ ਵੀ, ਤਾਂ ਸਾਡੇ ਤਾਂ ਡਬਲ ਡਬਲ ਪੈਸੇ ਕੱਟੇ ਗਏ। ਤਾਂ ਨੌਲੇਜ ਦੀ ਗੱਲ ਇਹ ਹੈ, ਇਹ ਕਾਰਡ ਸਿਰਫ ਇੱਕ ਵਾਰੀ ਯੂਜ਼ ਕਰਨਾ ਜਦੋਂ ਤੁਸੀਂ ਚੜ੍ਹਦੇ ਹੋ, ਬਸ ਉਦੋਂ ਸਕੈਨ ਕਰਨਾ, ਉਤਰਦੇ ਹੋਣੇ ਕੋਈ ਲੋੜ ਨਹੀਂ, ਕਿਉਂਕਿ ਪੂਰੀ ਸਿਟੀ 'ਚ ਕਿਧਰੇ ਮਰਜ਼ੀ ਜਾਓ 25 ਰੁਪਏ ਲੱਗਣਗੇ। ਸਿਟੀ ਤੋਂ ਬਾਹਰ ਵਾਲੀਆਂ ਬੱਸਾਂ ਦਾ ਰੈਂਟ ਆ ਦਿੱਤਾ, ਸਿਟੀ 'ਚ ਤਾਂ ਕਰਕੇ ਇੱਕ ਵਾਰੀ ਸਕੈਨਿੰਗ ਦੇ 25 ਰੁਪਏ ਕੱਢ ਜਾਂਦੇ ਨੇ। ਤੁਸੀਂ ਕਿਲੋਮੀਟਰ ਜਾਓ 10 ਕਿਲੋਮੀਟਰ ਜਾਓ, ਤਾਂ ਕਰਕੇ ਬਚ ਕੇ ਜਦੋਂ ਤੁਸੀਂ ਰਸ਼ੀਆ ਜਾਓਗੇ ਤਾਂ ਇਹ ਸਿੱਖਣ ਵਾਲੀ ਗੱਲ ਮਿਲੇ, ਪੈਸੇ ਕਟਾ ਗਏ। ਲੈ ਮਿੱਤਰੋ, ਆਪਾਂ ਪਹੁੰਚ ਗਏ ਜਿੱਥੇ ਆਪਣਾ ਭੋਲਾ ਜੱਟ ਕੰਮ ਕਰਦਾ ਕੈਫੇ 'ਚ। ਇਹ ਡਾਊਨ ਟਾਊਨ ਏਰੀਆ ਹੈ ਤਿਵਾਰ ਦਾ, ਮੈਂ ਸੈਂਟਰਲ ਏਰੀਆ, ਡਾਊਨ ਟਾਊਨ ਮੇਨ ਸਟਰੀਟ ਹੈ ਇੱਥੋਂ ਦੀ, ਅਤੇ ਰੌਣਕਾਂ ਲੱਗਦੀਆਂ ਨੇ ਉਰੇ ਸ਼ਾਮ ਨੂੰ। ਦੇਖੋ ਕਿੰਨੇ ਸੋਹਣੇ ਸੋਹਣੇ ਉੱਡੇ ਫਿਰਦੇ ਨੇ ਪਰਿੰਦੇ, ਦੇਖੋ ਆਲੇ ਦੁਆਲੇ ਵੀ ਰੌਣਕਾਂ ਨੇ ਪੂਰੀਆਂ। ਅਤੇ ਕਈ ਕਹਿੰਦੇ ਤੂੰ ਜੱਟ ਜੱਟ ਕਾਸਟਵਾਦ ਨੂੰ, ਕਾਸਟ ਨੂੰ ਉਹ ਕਰ ਰਹੇ ਹੈ ਉਸਤਾਦ, ਇੰਜੋਏ ਬਾ। ਮੈਂ ਤਾਂ ਉੱਦਾਂ ਰੱਖਦਾ ਨਾ ਵੀ ਜਿਹੜੇ ਪੰਜਾਬ ਵਾਲੇ ਰਿਲੇਟ ਕਰ ਲੈਣਗੇ ਨਾ, ਭੋਲਾ ਜੱਟੂ ਵਧੀਆ ਜਿਹਾ ਲੱਗਦਾ ਜਿਵੇਂ ਸਰਨੇਮ ਹੁੰਦਾ, ਕਈ ਸਾਲੇ ਵੀ ਗਿਆਨ ਦੇਣ ਲੱਗ ਜਾਂਦੇ ਨੇ। ਉਸਤਾਦ ਸੱਭਿਆ ਸੱਭਿਆਚਾਰਕ ਮੈਂ ਕੋਈ ਨਹੀਂ ਰਿਹਾ ਹੁਣ, ਦਿੱਲੀ ਏਅਰਪੋਰਟ 'ਤੇ ਛੱਡਿਆ, ਜਿਹੜਾ ਜ਼ਿਆਦਾ ਗਿਆਨ ਗੁਣ ਬਣ ਦਾ ਪਰਾ ਰਹਿਣ ਉਸਤਾਦ, ਸਿੱਧਾ ਜਿਹਾ ਚੱਕਰ ਹੈ ਉਹਨਾਂ ਨਾਲ। ਬਹੁਤ ਸੱਭਿਆਚਾਰਕ ਵੀਡੀਓ ਬਣਾਈਆਂ, ਲੋਕਾਂ ਨੂੰ ਚਾਹੀਦਾ ਸਵਾਦ, ਤਾਂ ਹੁਣ ਆਪਾਂ ਫਿਰ ਉਰੇ ਸਵਾਦ ਹੀ ਲੈਣ ਆਏ ਹਾਂ ਦੁਨੀਆ ਘੁੰਮਣ, ਜ਼ਿਆਦਾ ਫਿਲੋਸਫਰ ਬਣਨ ਦੀ ਲੋੜ ਨਹੀਂ, ਹੈ ਨਾ। ਲੈ ਮਿੱਤਰੋ, ਆਪਾਂ ਪਹੁੰਚ ਗਏ ਆਪਣੇ ਭੋਲੇ ਜੱਟ ਦਾ ਕੈਫੇ ਹੈ, ਖੁਦ ਦਾ ਹੀ ਹੈ ਆਪਣੇ, ਕਿਉਂਕਿ ਵੱਡੇ ਕਾਰੋਬਾਰ ਨੇ ਭਰਾ ਉਹਦੇ, ਅਤੇ ਇੱਥੇ ਸਸਤਾ ਫੂਡ ਮਿਲਦਾ, ਤੁਸੀਂ ਦੇਖ ਸਕਦੇ ਹੋ 150 ਦਾ, ਆਹ ਸਾਰਾ ਚੈੱਕ ਲਿਸਟ ਲੱਗੀ ਹੋਈ ਹੈ, ਪੂਰਾ ਘੈਂਟ ਕੈਫੇ ਹੈ, ਔਰ ਵੱਡੀ ਗੱਲਬਾਤ ਹੈ। ਓਏ ਦੇਖੋ ਬਾਬੇ, ਹਵਾ 'ਚ ਉੱਡੀ ਜਾਂਦੇ, ਆਈ ਥਿੰਕ ਇਟ ਇਜ਼ ਵਰਕਿੰਗ ਔਨ ਮੈਗਨੈਟਿਕ ਫੀਲਡ, ਸਾਇੰਸ ਦਾ ਸਟੂਡੈਂਟ ਹੈ ਤੁਹਾਡਾ ਭਾਈ, ਮੈਗਨੈਟਿਕ ਫੀਲਡ 'ਤੇ ਵਰਕ ਕਰ ਰਿਹਾ ਹੈ, ਦੇਖੋ ਕਿਉਂ। ਅਤੇ ਆਪਾਂ ਬਹਿ ਗਏ ਕੈਫੇ 'ਤੇ, ਕਹਿੰਦਾ ਖਾਣਾ ਕੁਛ, ਮੈਂ ਠੀਕ ਹੈ ਖਾ ਲੈਣ, ਅਤੇ ਇਹਨੇ ਔਡਰ ਕੀਤੀ ਹੈ ਮਕਰੋਨੀ, ਇਹ ਫਰਾਂਸ ਦੀ ਫੇਮਸ ਡਿਸ਼ ਹੈ, ਓਰੀਓ ਵਾਲੇ ਬਿਸਕਟ ਵਾਲਾ ਕੰਮ ਹੈ, ਮੈਂ ਮੋਟੀ ਜੀ ਹੈ ਅਤੇ ਮੈਂ ਟਰਾਈ ਕਰਕੇ ਦੇਖਦਾ।
ਘੈਂਟ ਹੈ ਮਿੱਠੀ ਆ ਜੂ ਆ ਜੂ ਆ ਪਾਣੀ ਹੈ ਮੈਂ ਪਾਣੀ ਪੀਣਾ ਸੀ ਪਾਣੀ ਵੀ ਪਤੰਦਰ ਬੋਡਕ ਵਾਲੀ ਬੋਤਲ 'ਚ ਪਾ ਕੇ ਦਿੰਦੇ ਨੇ ਐਂ ਲੱਗਦਾ ਜਿਵੇਂ ਬੋਤਲ ਵਾਲੀ ਬੋਤਲ ਹੈ ਦੇਖੋ ਐਂ ਬੰਦ ਹੁੰਦੀ ਹੈ ਇੱਥੇ ਬੋਤਲ ਦੇਖੋ ਇਹ ਆ ਗਈ ਉਰੇ ਬੈਟਰ ਉੱਪਰ ਜਿਵੇਂ ਦੀਆਂ ਪੰਜਾਬ ਵਾਲੇ ਪੰਜਾਬੀ ਗਾਣਿਆਂ 'ਚ ਮਾਡਲ ਆਉਂਦੀਆਂ ਨੇ ਉਹ ਤੋਂ ਜ਼ਿਆਦਾ ਸੋਹਣੀਆਂ ਅਤੇ ਉਰੇ ਬੈਟਰ ਨੇ ਕੁੜੀਆਂ ਕੰਮ ਔਖਾ ਹੀ ਹੈ ਚਲੋ ਕਿਉਂ ਭੁੱਲੇ ਜੱਟਾ ਇਹਨੂੰ ਕਹਿੰਦਾ ਐਂ ਕਹਿ ਧਰਨ ਪਾ ਦਾਂਗੇ ਕਹਿੰਦਾ ਧਰਨ ਪਾ ਦਾਂਗੇ ਮਤਲਬ ਮਾ ਵੀ ਐਂ ਇਹਦਾ ਮਤਲਬ ਹੁੰਦਾ ਵੀ ਟੈਲੈਂਟ ਪੋਲਿਸ਼ ਕਰਦਾ ਕਹਿਣਾ ਪੈਂਦਾ ਥੋੜ੍ਹਾ ਜਿਹਾ ਘੁਮਾ ਫਿਰ ਆ ਕੇ ਸੋ ਲੈਟਸ ਈਟ ਯਾ ਲੈਟਸ ਈਟ ਐਕਚੁਅਲੀ ਆਈ ਥੋਟ ਦੈਟ ਇਟ ਵਿਲ ਬ੍ਰਿੰਗ ਓਨਲੀ ਵਨ ਸੈਂਡਵਿਚ ਬਟ ਦੇਰ ਆਰ ਟੂ ਆਫ ਦੈਮ ਸੋ ਯੂ ਕੈਨ ਟੇਕ ਵਨ ਐਂਡ ਆਈ ਵਿਲ ਟੇਕ ਦ ਅਦਰ ਨੋ ਨੋ ਆਈ ਜਸਟ ਯੂ ਜਸਟ ਸ਼ੁਡ ਟ੍ਰਾਈ ਇਟ ਇਟਸ ਲਾਈਕ ਅ ਰੀਲੀ ਵੈਰੀ ਟੇਸਟੀ ਇਟਸ ਐਨ ਔਰੰਜ ਐਂਡ ਸੈਲਮਨ ਸੈਂਡਵਿਚ ਦੇਖੋ ਕਿੰਨਾ ਘੈਂਟ ਹੈ ਉਰੇ ਵਾਲਾ ਦੇਖੋ ਤੇ ਆਪਾਂ ਖਾਂਦੇ ਹਾਂ ਹੁਣ ਸੈਂਡਵਿਚ ਵੈਸੇ ਮੇਰਾ ਢਿੱਡ ਭਰਿਆ ਪਰ ਗੋਰਾ ਜਿਹਾ ਟਿੱਕਾ ਨੂੰ ਹਟਦਾ ਘੈਂਟ ਹੈ ਟੇਸਟ ਬਹੁਤ ਗੁੱਡ ਆ ਸਵਾਦ ਆ ਰਿਹਾ ਬਾਬੇ ਉਹ ਅਤੇ ਆਪਾਂ ਨੇ ਸੈਂਡਵਿਚ ਤਾਂ ਖਾ ਲਿਆ ਬਾਕੀ ਟਾਲੇ ਹੋਰ ਫਰਾਂਸ ਵਾਲੀ ਡਿਸ਼ ਡੁਸ਼ ਜੀ ਔਲ ਗੁੱਡ ਆ ਦੇਖੋ ਡਾਊਨ ਟਾਊਨ ਏਰੀਆ ਥੋੜ੍ਹਾ ਜਿਹਾ ਮੇਰਾ ਬੈਡ ਲੱਕ ਹੈ ਇਹ ਆਪਣਾ ਭੋਲਾ ਜੱਟ ਕਹਿੰਦਾ ਵੀ ਵੀਕਐਂਡ 'ਤੇ ਅੱਜ ਬੁੱਧਵਾਰ ਹੈ ਵੀ ਉਰੇ ਦਾ ਇੰਨੇ ਟੀਨੇਜਰ ਆਉਂਦੇ ਨੇ ਨਾ ਵੀ ਭਰੀ ਹੁੰਦੀ ਹੈ ਸਟਰੀਟ ਅਤੇ ਹੁਣ ਆਪਾਂ ਜਾ ਰਹੇ ਹਾਂ ਕਲੱਬ ਨੂੰ ਸੋ ਡੈਨੀਅਲ ਸੇ ਸਿੱਧੀ ਕਹਿੰਦਾ ਜੱਟੀਏ ਧਰਨ ਪਾ ਦਾਂਗੇ Oh wow ਲੈ ਮਿੱਤਰੋ ਕਲੱਬ ਵਾਲਾ ਟਾਈਮ ਤਾਂ ਹਜੇ ਹੋਇਆ ਨਹੀਂ ਤਾਂ ਉਰੇ ਡਾਂਸ ਹੁੰਦਾ ਆਪਾਂ ਡਾਂਸ ਕਰਾਂਗੇ ਕਿਸੇ ਨਾਲ ਸੋ ਡਾਇਰੈਕਟਲੀ ਪੁੱਛਾਂਗੇ ਕੋਈ ਡਰਨ ਵਾਲਾ ਚੱਕਰ ਹੀ ਨਹੀਂ ਕਿਉਂ ਭੋਲੇ ਜੱਟਾ Hi. I'm popular. Oh, I am also popular. ਲੈ ਮਿੱਤਰੋ ਮੈਂ ਦੋ ਕੁੜੀਆਂ ਕੋਲੇ ਜਾਂਦਾ ਕਨਵਿੰਸ ਕਰਦਾ ਉਹਨਾਂ ਵੀ ਮੇਰੇ ਨਾਲ ਡਾਂਸ ਕਰੋਗੇ ਦੇਖਦੇ ਜੇ ਮੰਨਦੀਆਂ ਜੇ ਮੰਨੀਏ ਤਾਂ ਡਾਂਸ ਦਿਖਾ ਦਾਂਗੇ ਤੁਹਾਨੂੰ ਨਹੀਂ ਫਿਰ ਰੱਬ ਰੱਖਾ ਫਿਰ ਹਿੰਦੀ ਵਾਲੇ ਚੈਨਲ 'ਤੇ ਤਾਂ ਕੀਤਾ ਹੀ ਹੋਇਆ ਮੈਂ ਉਹਦੇ ਦੇਖ ਲਈ ਚਲੋ ਮੈਂ ਜਾਂਦਾ ਕਨਵਿੰਸ ਕਰਦਾ ਬਾਬੇ ਉਹ ਗੋਰਾ ਜੱਟ ਕਹਿੰਦਾ ਮੇਰੀ ਵੀਡੀਓ ਬਣਾ ਨੱਚਦੇ ਦੀ ਮੈਨੂੰ ਹਟਾ ਤਾ ਨੱਚਣੋ ਕਹਿੰਦਾ ਤੂੰ ਫੇਰ ਨੱਚੀ ਮੈਂ ਨੱਚਣਾ ਪਹਿਲਾਂ ਦਿਖਾਉਂਦਾ ਉਹਨੂੰ ਗੋਰੇ ਜੱਟ ਦੇ ਕਰਦਾ ਆਰ ਯੂ ਓਕੇ ਲੈਟਸ ਗੋ ਯਾ ਲੈਟਸ ਗੋ ਓਕੇ ਬਾਏ ਬਾਏ ਬਾਸ਼ਾ ਤੇ ਇਹ ਆਪਣੀ ਡਾਂਸ ਪਾਰਟਨਰ ਸੀ ਬਾਈ ਸੀ ਉਹ ਪਸ਼ਾ ਉਸ ਨਸ ਓਕੇ ਬਾਏ 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 ਮਿੱਤਰੋ ਡਾਂਸ ਕਰਿਆ ਹੁਣ ਆਪਾਂ ਅੰਦਰ ਦੇਖਣ ਜਾ ਰਹੇ ਹਾਂ ਪੋਲ ਡਾਂਸ ਉਹਦੀ ਟਿਕਟ ਹੈ 1000 ਇੱਕ ਜਣੇ ਦੀ ਅਸੀਂ ਹਾਂ 2000 ਤਾਂ ਅੱਗੇ ਵੀਡੀਓ 18+ ਹੀ ਦੇਖਣ ਫਿਰ ਬਾਅਦ 'ਚ ਗਿਆਨ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਥੋੜ੍ਹਾ ਜਿਹਾ ਦੂਜਾ ਕਲਚਰ ਹੈ ਮਿੱਤਰੋ ਆਪਾਂ ਦੇਖਿਆ ਡਾਂਸ ਅਤੇ ਉੱਥੇ ਅਸੀਂ ਜਾ ਕੇ ਬੈਠੇ 10 ਮਿੰਟ ਅਸੀਂ ਤਾਂ ਡਾਂਸ ਹੀ ਦੇਖਣ ਗਏ ਸੀ ਡਾਂਸ ਦੇਖਣ ਕੀ ਤੁਹਾਨੂੰ ਦਿਖਾਉਣ ਗਏ ਸੀ ਯਾਰ ਵੀ ਜ਼ਿੰਦਗੀ ਕੀ ਹੈ ਸਾਲੀ ਹੈ ਨਾ ਅਤੇ
ਉਦੋਂ ਬਾਅਦ ਉਹ ਕਹਿੰਦੇ 10 ਮਿੰਟਾਂ ਬਾਅਦ ਕਹਿੰਦੇ ਤੁਹਾਨੂੰ ਕੁਛ ਨਾ ਕੁਛ ਇੱਥੋਂ ਲੈਣਾ ਪਊਗਾ। ਅਸੀਂ 2000 ਦਾ ਪਹਿਲਾਂ ਪੇ ਕੀਤਾ ਅਤੇ ਉਹ ਤੋਂ ਬਾਅਦ ਲਾਈਕ ਟੇਕ ਸਮ ਡਰਿੰਕ ਇਫ ਯੂ ਵਾਂਟ ਟੂ ਸੀ ਮੋਰ ਡਾਂਸਰ। ਸੋ ਅਤੇ ਉਦੋਂ ਬਾਅਦ ਫਿਰ ਅਸੀਂ ਉੱਠਿਆ ਯਾਰ, ਹੈ ਨਾ। ਅਤੇ ਬਾਕੀ ਬਹੁਤ ਜ਼ਿਆਦਾ ਕੁੜੀਆਂ ਸੀ ਉੱਥੇ ਨੱਚ ਰਹੀਆਂ ਸੀ, ਤੁਹਾਨੂੰ ਤਾਂ ਇੰਨੀ ਕਲੀਅਰ ਨਹੀਂ ਦਿਖੀ ਹੋਣੀ ਵੀਡੀਓ, ਪਰ ਯਾਰ ਨਿਊਡ ਡਾਂਸ ਹੋ ਰਿਹਾ ਸੀ ਦੇਸੀ ਭਾਸ਼ਾ 'ਚ। ਸੋ ਤਾਂ ਆਹ ਜ਼ਿੰਦਗੀ ਹੈ ਨਾ, ਪੈਸਾ ਇਜ਼ ਮਨੀ ਇਜ਼ ਐਵਰੀਥਿੰਗ, ਦੈਟਸ ਵਾਈ ਆਈ ਟੋਲਡ ਅਗੇਨ ਐਂਡ ਅਗੇਨ। ਤਾਂ ਬਸ ਕੁਛ ਨਹੀਂ ਕਹਿਣਾ ਮੈਂ। ਆਪਾਂ ਆ ਗਏ ਮਿੱਤਰੋ ਆਪਣੇ ਰੂਮ 'ਚ, ਉਮੀਦ ਹੈ ਤੁਹਾਨੂੰ ਡਾਊਨ ਟਾਊਨ ਲਾਈਫ ਵਧੀਆ ਲੱਗੀ ਹੋਣੀ, ਨਾਲੇ ਨਾਈਟ ਲਾਈਫ, ਨਾਲੇ ਡਾਂਸ ਡੂਨਸ। ਜੇ ਵਧੀਆ ਲੱਗਿਆ ਲਾਈਕ ਕਰੋ, ਸ਼ੇਅਰ ਕਰੋ, ਅਤੇ ਆਪਣੀ ਆਖਰੀ ਰਾਤ ਹੈ, ਸਵੇਰੇ ਨਿਕਲ ਜਾਣਾ ਸੈਂਟ ਪੀਟਰਸਬਰਗ ਨੂੰ ਇਹ ਚੈਕਿੰਗ ਕਰਦੇ। ਤਾਂ ਲਵ ਯੂ ਅ ਲੋਟ, ਗੁੱਡ ਨਾਈਟ।